ਭੈਣ ਨੇ 29 ਸਾਲ ਬਾਅਦ ਲਿਆ ਆਪਣੇ ਭਰਾ ਦਾ ਬਦਲਾ। ਦੋਸ਼ੀਆਂ ਨੂੰ ਕਰਵਾਈ ਉਮਰ ਕੈਦ ਦੀ ਸਜ਼ਾ। ਭਰਾ ਨੂੰ ਮਿਲਿਆ ਇਨਸਾਫ। ਕਰਨ ਸਿੰਘ ਬਰਾੜ ਨੇ ਆਪਣੇ ਸਾਲੇ ਅਤੇ ਕੁਲਦੀਪ ਕੌਰ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ। 29 ਸਾਲ ਕੇਸ ਲੜਨ ਤੋਂ ਬਾਅਦ ਦੋਸ਼ੀਆਂ ਨੂੰ ਉਮਰ ਕੈਦ ਕਰਵਾ ਕੇ ਲਿਆ। ਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਟੁਕੜੀ ਨੇ ਉਸਦੇ ਪਿੰਡ ਭਾਈਕੀ ਪਸੌਰ ਤੋਂ ਨੇੜਲੇ ਪਿੰਡ ਮੈਦੇਵਾਸ ਦੇ ਗੁਰਦੇਵ ਸਿੰਘ ਦੇ ਕਤਲ ਕੇਸ ਦੇ ਸ਼ੱਕ ਵਿੱਚ ਚੁੱਕ ਲਿਆ ਸੀ। ਉਪਰੰਤ ਰੇਲਵੇ ਥਾਣੇ ਲਿਜਾ ਕੇ ਉਸਤੇ ਅੰਨਾ ਤਸ਼ੱਦਦ ਕੀਤਾ ਗਿਆ ਅਤੇ ਗਮਦੂਰ ਸਿੰਘ ਨੂੰ ਉੱਥੇ 10 ਦਿਨ ਲਗਾਤਾਰ ਅਣਮਨੁੱਖੀ ਤਸੀਹੇ ਦਿੱਤੇ ਗਏ। ਭੈਣ ਭਨੋਈਏ ਵੱਲੋਂ ਛੁਡਵਾਉਣ ਲਈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਗਮਦੂਰ ਉੱਪਰ ਤਸ਼ੱਦਦ ਕੀਤਾ ਗਿਆ ਅਤੇ ਉਸਦੀ ਮੌਤ ਹੋ ਗਈ। ਭੈਣ ਕੁਲਦੀਪ ਕੌਰ ਨੇ 29 ਸਾਲਾਂ ਵਿੱਚ ਮਾਣਯੋਗ ਹਾਈ ਕੋਰਟ ਅਦਾਲਤ ਵਿੱਚ ਕੇਸ ਲੜ ਕੇ ਅੱਜ ਖੁਸ਼ੀ ਮਹਿਸੂਸ ਕੀਤੀ ਹੈ ਕਿ ਮੇਰੇ ਭਰਾ ਗਮਦੂਰ ਸਿੰਘ ਦਾ ਜਿਹੜਾ ਬਦਲਾ ਮਹਿਸੂਸ ਕਰਦੀ ਹਾਂ। ਮੇਰੇ ਭਰਾ ਦੀ ਪੁਲਿਸ ਵੱਲੋਂ ਮਾੜੀ ਕੁੱਟਮਾਰ ਕਰਕੇ ਮੌਤ ਹੋ ਗਈ ਸੀ। ਮੈਂ ਆਪਣੇ ਭਰਾ ਦੇ ਗਮਾਂ ਵਿੱਚ ਮੰਜੇ 'ਤੇ ਅਧਰੰਗ ਦੀ ਸ਼ਿਕਾਰ ਹੋ ਗਈ। ਮੇਰੇ ਪਤੀ ਕਰਮਜੀਤ ਸਿੰਘ ਬਰਾੜ ਲੌਂਗੋਵਾਲ ਮਿਹਨਤ ਸਦਕਾ ਅੱਜ ਉਹਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ ਤਾਂ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ। ਜਿਸ ਦੌਰਾਨ ਤਤਕਾਲੀ DSP ਥਾਣੇਦਾਰ ਹੌਲਦਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾ ਕੇ ਤਿੰਨਾਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ ਅਤੇ ਚੌਥੇ ਦੋਸ਼ੀ ਹੌਲਦਾਰ ਜੋ ਕਿ ਅੱਜ ਕੱਲ੍ਹ ਕੈਨੇਡਾ ਵਿੱਚ ਚਲਾ ਗਿਆ ਨੂੰ ਜੱਜ ਸੁਰੇਸ਼ਵਰ ਠਾਕੁਰ ਅਤੇ ਸੁਦੀਪ ਪਤੀ ਸ਼ਰਮਾ ਦੇ ਬੈਚ ਵੱਲੋਂ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਮੈਂ ਜੀ ਭਾਈ ਕੁਸ਼ਾਰ ਬਿਆਇਆ ਹਾਂ, ਕਰਮ ਸਿੰਘ ਬਰਾੜ ਮੇਰਾ ਨਾਮ ਹੈ। ਮੇਰੇ ਕੋਈ ਕਸਾਲਤੀ ਗੁਰਦੂਰ ਸਿੰਘ ਉਸ ਨੂੰ 14/11/95 ਨੂੰ ਪੁਲਿਸ ਨੇ ਘਰੋਂ ਚੱਕ ਲਿਆ ਸੀ ਅਤੇ ਉਸ ਤੋਂ ਬਾਅਦ ਅਸੀਂ ਛਡਾਉਂਦੇ ਰਹੇ ਉੱਤੇ ਨਜਾਇਜ਼ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਪੁਲਿਸ ਨੇ ਅਤੇ 23/11/95 ਨੂੰ ਰਾਤ ਨੂੰ 11 ਵਜੇ ਛੱਡਿਆ। ਉਸ ਤੋਂ ਬਾਅਦ ਉਹਨੂੰ 7/12/95 ਨੂੰ ਉਹਦੀ ਮੌਤ ਹੋ ਗਈ PGI ਜਾ ਕੇ ਜੀ। ਜਿਹੜਾ ਇਨਸਾਫ ਤੁਸੀਂ ਲਿਆ ਇਹ ਕਿੰਨੇ ਸਾਲ ਤੁਸੀਂ ਲਗਾਤਾਰ? ਮੈਂ 29 ਸਾਲ ਕੇਸ ਝਗੜਿਆ ਜੀ, 29 ਸਾਲ ਕੇਸ ਝਗੜਿਆ। ਉਸ ਦੌਰਾਨ ਕੇਸ ਇਹ ਪੁਲਿਸ ਰੇਲਵੇ ਪੁਲਿਸ ਵਾਲੇ ਅਤੇ ਇੱਕ SP ਤੀ DSP ਤੀ ਗੁਰਸੇਵਕ ਸਿੰਘ, SHO ਹਰਭਾਜਨ ਸਿੰਘ ਅਤੇ ਹੌਲਦਾਰ ਜਸਵੰਤ ਸਿੰਘ, ਇਹ ਤਿੰਨਾਂ ਜਣਿਆਂ ਨੇ ਬਹੁਤ ਜ਼ਿਆਦਾ ਸਾਡੇ 'ਤੇ ਪ੍ਰੈਸ਼ਰ ਵੀ ਪਾਏ ਨੇ, ਸਾਨੂੰ ਲਾਲਚ ਵੀ ਦਿੱਤੇ ਨੇ, ਪਰ ਅਸੀਂ ਪਰਮਾਤਮਾ ਨੇ ਸਾਨੂੰ ਸਮੱਤ ਬਖਸ਼ੀ ਹੈ ਅਤੇ ਸਾਨੂੰ ਤਾਕਤ ਦਿੱਤੀ ਹੈ, ਅਸੀਂ ਆਪਦੇ ਸਿਦਕ ਤੋਂ ਡੋਲੇ ਨੇ। ਉਸ ਸਿਦਕ ਦੀ ਸਦਕਾ ਵੀ ਅੱਜ ਸਾਨੂੰ ਇਨਸਾਫ ਮਿਲਿਆ। ਕੋਰਟ ਨੇ ਸਾਡੇ ਨਾਲ ਬਹੁਤ ਵਧੀਆ ਇਨਸਾਫ ਕੀਤਾ, ਮੈਂ ਧੰਨਵਾਦ ਕਰਦਾ ਹਾਈ ਕੋਰਟ ਦਾ ਅਤੇ ਸਰਾ ਕਿਰਨਜੀਤ ਸਿੰਘ ਸੇਖੋਂ ਜੀ, ਜਿਨ੍ਹਾਂ ਨੇ ਸੈਸ਼ਨ ਕੋਰਟ ਸੰਗਰੂਰ ਵੀ ਕੇਸ ਝਗੜਿਆ, ਉਸ ਤੋਂ ਬਾਅਦ ਹਾਈ ਕੋਰਟ ਵੀ ਜਾ ਕੇ ਆਪ ਹੀ ਕੇਸ ਝਗੜਿਆ ਇਹਨਾਂ ਨੇ। ਮੈਂ ਧੰਨਵਾਦ ਕਰਦਾ ਸੇਖੋਂ ਸਾਹਿਬ ਦਾ ਅਤੇ ਹਾਈ ਕੋਰਟ ਦਾ, ਬਾਕੀ ਹੋਰ ਵਕੀਲ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਵੀ ਉਹ ਹਰੇਕ ਕੇਸ ਨੂੰ ਆਪਦਾ ਬਣਾ ਕੇ ਝਗੜਿਆ ਕਰਨ ਅਤੇ ਪੁਲਿਸ ਤੋਂ ਜਾਂ ਕਿਸੇ ਵੀ ਜਿਹੜਾ ਬੰਦਾ ਧੱਕਾ ਕਰਦਾ ਬੇਇਨਸਾਫੀ ਕਰਦਾ ਉਹਦੇ ਝਿਪਣ ਦੀ ਲੋੜ ਨਹੀਂ, ਉੱਥੇ ਕਾਨੂੰਨੀ ਕਾਰਵਾਈ ਪਰਮਾਤਮਾ ਕਰੇ ਆਪਾਂ ਸਿਦਕ ਨਾ ਕਰੋ, ਉਹਦਾ ਫਲ ਨਿਕਲੂਗੀ ਨਿਕਲੂਗਾ, ਉਹਨੂੰ ਦੋਸ਼ੀਆਂ ਨੂੰ ਸਜ਼ਾ ਮਿਲੂਗੀ। ਤੁਸੀਂ ਕੇਸ ਲੜ ਕੇ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਹੈ? ਬਹੁਤ ਜ਼ਿਆਦਾ ਬੇਟਾ। ਅੱਛਾ, ਕਿੰਨੇ ਸਾਲ ਹੋ ਗਏ ਤੇ ਇਹਨੂੰ? 38 ਸਾਲ ਹੋ ਗਏ। 38 ਸਾਲਾਂ ਮਗਰੋਂ ਵੀਰਾ। ਅੱਛਾ, ਤੇ ਇਹ ਆ ਗੱਲ ਪਰੰਤ ਬਦੀ ਤੇ ਇਹਨਾਂ ਨੇ SHO GRP ਜਿਹੜੇ ਸੀਗੇ ਉਹਨਾਂ ਦਾ ਜਿਹੜੇ ਸੀਗੇ ਬੰਦੇ ਨੂੰ ਜਿਹਨੂੰ ਚੱਕਿਆ ਗਿਆ ਸੀਗਾ ਉਹ ਸੀਗੇ ਲੌਂਗੋਵਾਲ ਦਾ ਬੈਕਗਰਾਊਂਡ, ਉਹਨਾਂ ਦੀ ਮੈਦੇਵਾਸ ਤੋਂ ਉਹਨਾਂ ਨੂੰ ਚੱਕਿਆ ਗਿਆ ਸੀਗਾ। ਉਹ ਫਿਰ ਜਦੋਂ ਦੌਰਾਨੇ ਤਫਤੀਸ਼ ਉਹਨਾਂ ਦੇ ਖਿਲਾਫ਼ ਮੁੜ ਕੇ ਪਰਚਾ ਦਰਜ ਹੋਇਆ ਅਤੇ 38 ਸਾਲ ਬਾਅਦ ਉਸ ਫੈਸਲੇ ਦਾ
ਜਿਹੜਾ ਹੁਣ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ। ਇਹ ਜੀ ਪੁਰਾਣਾ ਕੇਸ ਸੀਗਾ, ਜੀ ਆਰ ਪੀ ਨਾਲ ਰਿਲੇਟਡ ਸੀਗਾ ਕੇਸ, ਜਿਹਦੇ ਵਿੱਚ ਇੱਕ ਬੰਦੇ ਦੀ ਦਰਾਨੇ ਪੁੱਤੀ 'ਚ ਮੌਤ ਹੋਈ ਸੀ। ਉਹ ਮਾਨਯੋਗ ਅਦਾਲਤ ਵੱਲੋਂ ਉਹਦਾ ਹੁਣ ਫੈਸਲਾ ਆਇਆ ਹੋਇਆ, ਉਹ ਫੈਸਲੇ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਲੌਂਗੋਵਾਲ ਤੋਂ ਭਗਵੰਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।